ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ। ਹਾਲਾਂਕਿ ਅੱਜ ਸਿੱਧੂ ਮੂਸੇਵਾਲਾ ਸਾਡੇ ਵਿੱਚ ਮੌਜੂਦ ਨਹੀਂ, ਪਰ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਫੈਨਸ ਅੱਜ ਵੀ ਮੌਜੂਦ ਨੇ। ਹੁਣ ਕੁਝ ਦਿਨਾਂ ਦੇ ਬਾਅਦ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਤਾਂ ਉੱਥੇ ਹੀ ਚਰਚਾ ਦੇ ਵਿੱਚ ਹੈ ਸਿੱਧੂ ਮੂਸੇਵਾਲਾ। ਜਿੱਥੇ ਸਿੱਧੂ ਦਾ ਬੁੱਤ ਉਸਦੇ ਪਿੰਡ ਵਿੱਚ ਪਹਿਲਾਂ ਹੀ ਬਣਿਆ ਹੋਇਆ ਹੈ, ਉੱਥੇ ਹੀ ਹੁਣ ਸਿਰਸਾ ਦੇ ਵਿੱਚ ਇੱਕ ਹੋਰ ਬੁੱਤ ਬਣਾ ਦਿੱਤਾ ਗਿਆ, ਜਿਸ ਦਾ ਉਦਘਾਟਨ ਦਿਗਵਿਜੇ ਚੌਟਾਲਾ ਦੇ ਵੱਲੋਂ ਕੀਤਾ ਗਿਆ ਹੈ। ਤਾਂ ਮੌਕੇ 'ਤੇ ਵੱਡੀ ਗਿਣਤੀ ਦੇ ਵਿੱਚ ਪ੍ਰਸ਼ੰਸਕ ਮੌਜੂਦ ਸੀ, ਜਿੱਥੇ ਉਹ ਸਿੱਧੂ ਦੇ ਗਾਣਿਆਂ 'ਤੇ ਨੱਚਦੇ ਨਜ਼ਰ ਆਏ। ਦੱਸ ਦਈਏ ਕਿ ਇਸ ਮੌਕੇ ਸਿੱਧੂ ਦੇ ਪਰਿਵਾਰ ਵੱਲੋਂ ਕੋਈ ਵੀ ਸ਼ਖਸ ਉੱਥੇ ਮੌਜੂਦ ਨਹੀਂ ਸੀ, ਪਰ ਉਹਨਾਂ ਦੇ ਫੈਨਸ ਵੱਡੀ ਗਿਣਤੀ ਦੇ ਵਿੱਚ ਸੀ। ਸਿੱਧੂ ਦੇ ਬੁੱਤ ਦੇ ਬਰਾਬਰ ਚੜ੍ਹ ਕੇ ਦਿਗਵਿਜੇ ਚੌਟਾਲਾ ਦੇ ਵੱਲੋਂ ਪੱਟ 'ਤੇ ਥਾਪੀ ਮਾਰੀ ਗਈ ਸੀ, ਤਾਂ ਸਿੱਧੂ ਮੂਸੇਵਾਲਾ ਦਾ ਬੁੱਤ ਲਗਾ ਕੇ ਦਿਗਵਿਜੇ ਚੌਟਾਲਾ ਦੇ ਵੱਲੋਂ ਜਿਹੜਾ ਕਿ ਚੋਣਾਂ ਤੋਂ ਪਹਿਲਾਂ ਵੱਡਾ ਦਾਅ ਖੇਡਿਆ ਗਿਆ। ਤਾਂ ਤੁਸੀਂ ਕਿਵੇਂ ਦੇਖਦੇ ਹੋ ਇਸ ਤਰੀਕੇ ਦੇ ਨਾਲ ਸਿੱਧੂ ਦਾ ਬੁੱਤ ਲਗਾਉਣਾ ਚਾਹੀਦਾ ਹੈ, ਇਹ ਸਹੀ ਹੈ ਜਾਂ ਗਲਤ? ਕਮੈਂਟ ਕਰਕੇ ਜ਼ਰੂਰ ਦੱਸਣਾ। ਤਾਂ ਵੱਡੀ ਗੱਲ ਇਹ ਹੈ ਕਿ ਇਸ ਮੌਕੇ ਨਾ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਦਿਖੇ ਬਲਕੌਰ ਸਿੰਘ, ਅਤੇ ਨਾ ਹੀ ਉਹਨਾਂ ਦੇ ਮਾਤਾ ਚਰਨ ਕੌਰ ਨਜ਼ਰ ਆਏ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ। ਹਾਲਾਂਕਿ ਅੱਜ ਸਿੱਧੂ ਮੂਸੇਵਾਲਾ ਸਾਡੇ ਵਿੱਚ ਮੌਜੂਦ ਨਹੀਂ, ਪਰ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਫੈਨਸ ਅੱਜ ਵੀ ਮੌਜੂਦ ਨੇ। ਹੁਣ ਕੁਝ ਦਿਨਾਂ ਦੇ ਬਾਅਦ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਤਾਂ ਉੱਥੇ ਹੀ ਚਰਚਾ ਦੇ ਵਿੱਚ ਹੈ ਸਿੱਧੂ ਮੂਸੇਵਾਲਾ। ਜਿੱਥੇ ਸਿੱਧੂ ਦਾ ਬੁੱਤ ਉਸਦੇ ਪਿੰਡ ਵਿੱਚ ਪਹਿਲਾਂ ਹੀ ਬਣਿਆ ਹੋਇਆ ਹੈ, ਉੱਥੇ ਹੀ ਹੁਣ ਸਿਰਸਾ ਦੇ ਵਿੱਚ ਇੱਕ ਹੋਰ ਬੁੱਤ ਬਣਾ ਦਿੱਤਾ ਗਿਆ, ਜਿਸ ਦਾ ਉਦਘਾਟਨ ਦਿਗਵਿਜੇ ਚੌਟਾਲਾ ਦੇ ਵੱਲੋਂ ਕੀਤਾ ਗਿਆ ਹੈ। ਤਾਂ ਮੌਕੇ 'ਤੇ ਵੱਡੀ ਗਿਣਤੀ ਦੇ ਵਿੱਚ ਪ੍ਰਸ਼ੰਸਕ ਮੌਜੂਦ ਸੀ, ਜਿੱਥੇ ਉਹ ਸਿੱਧੂ ਦੇ ਗਾਣਿਆਂ 'ਤੇ ਨੱਚਦੇ ਨਜ਼ਰ ਆਏ। ਦੱਸ ਦਈਏ ਕਿ ਇਸ ਮੌਕੇ ਸਿੱਧੂ ਦੇ ਪਰਿਵਾਰ ਵੱਲੋਂ ਕੋਈ ਵੀ ਸ਼ਖਸ ਉੱਥੇ ਮੌਜੂਦ ਨਹੀਂ ਸੀ, ਪਰ ਉਹਨਾਂ ਦੇ ਫੈਨਸ ਵੱਡੀ ਗਿਣਤੀ ਦੇ ਵਿੱਚ ਸੀ। ਸਿੱਧੂ ਦੇ ਬੁੱਤ ਦੇ ਬਰਾਬਰ ਚੜ੍ਹ ਕੇ ਦਿਗਵਿਜੇ ਚੌਟਾਲਾ ਦੇ ਵੱਲੋਂ ਪੱਟ 'ਤੇ ਥਾਪੀ ਮਾਰੀ ਗਈ ਸੀ, ਤਾਂ ਸਿੱਧੂ ਮੂਸੇਵਾਲਾ ਦਾ ਬੁੱਤ ਲਗਾ ਕੇ ਦਿਗਵਿਜੇ ਚੌਟਾਲਾ ਦੇ ਵੱਲੋਂ ਜਿਹੜਾ ਕਿ ਚੋਣਾਂ ਤੋਂ ਪਹਿਲਾਂ ਵੱਡਾ ਦਾਅ ਖੇਡਿਆ ਗਿਆ। ਤਾਂ ਤੁਸੀਂ ਕਿਵੇਂ ਦੇਖਦੇ ਹੋ ਇਸ ਤਰੀਕੇ ਦੇ ਨਾਲ ਸਿੱਧੂ ਦਾ ਬੁੱਤ ਲਗਾਉਣਾ ਚਾਹੀਦਾ ਹੈ, ਇਹ ਸਹੀ ਹੈ ਜਾਂ ਗਲਤ? ਕਮੈਂਟ ਕਰਕੇ ਜ਼ਰੂਰ ਦੱਸਣਾ। ਤਾਂ ਵੱਡੀ ਗੱਲ ਇਹ ਹੈ ਕਿ ਇਸ ਮੌਕੇ ਨਾ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਦਿਖੇ ਬਲਕੌਰ ਸਿੰਘ, ਅਤੇ ਨਾ ਹੀ ਉਹਨਾਂ ਦੇ ਮਾਤਾ ਚਰਨ ਕੌਰ ਨਜ਼ਰ ਆਏ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ। ਹਾਲਾਂਕਿ ਅੱਜ ਸਿੱਧੂ ਮੂਸੇਵਾਲਾ ਸਾਡੇ ਵਿੱਚ ਮੌਜੂਦ ਨਹੀਂ, ਪਰ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਫੈਨਸ ਅੱਜ ਵੀ ਮੌਜੂਦ ਨੇ। ਹੁਣ ਕੁਝ ਦਿਨਾਂ ਦੇ ਬਾਅਦ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਤਾਂ ਉੱਥੇ ਹੀ ਚਰਚਾ ਦੇ ਵਿੱਚ ਹੈ ਸਿੱਧੂ ਮੂਸੇਵਾਲਾ। ਜਿੱਥੇ ਸਿੱਧੂ ਦਾ ਬੁੱਤ ਉਸਦੇ ਪਿੰਡ ਵਿੱਚ ਪਹਿਲਾਂ ਹੀ ਬਣਿਆ ਹੋਇਆ ਹੈ, ਉੱਥੇ ਹੀ ਹੁਣ ਸਿਰਸਾ ਦੇ ਵਿੱਚ ਇੱਕ ਹੋਰ ਬੁੱਤ ਬਣਾ ਦਿੱਤਾ ਗਿਆ, ਜਿਸ ਦਾ ਉਦਘਾਟਨ ਦਿਗਵਿਜੇ ਚੌਟਾਲਾ ਦੇ ਵੱਲੋਂ ਕੀਤਾ ਗਿਆ ਹੈ। ਤਾਂ ਮੌਕੇ 'ਤੇ ਵੱਡੀ ਗਿਣਤੀ ਦੇ ਵਿੱਚ ਪ੍ਰਸ਼ੰਸਕ ਮੌਜੂਦ ਸੀ, ਜਿੱਥੇ ਉਹ ਸਿੱਧੂ ਦੇ ਗਾਣਿਆਂ 'ਤੇ ਨੱਚਦੇ ਨਜ਼ਰ ਆਏ। ਦੱਸ ਦਈਏ ਕਿ ਇਸ ਮੌਕੇ ਸਿੱਧੂ ਦੇ ਪਰਿਵਾਰ ਵੱਲੋਂ ਕੋਈ ਵੀ ਸ਼ਖਸ ਉੱਥੇ ਮੌਜੂਦ ਨਹੀਂ ਸੀ, ਪਰ ਉਹਨਾਂ ਦੇ ਫੈਨਸ ਵੱਡੀ ਗਿਣਤੀ ਦੇ ਵਿੱਚ ਸੀ। ਸਿੱਧੂ ਦੇ ਬੁੱਤ ਦੇ ਬਰਾਬਰ ਚੜ੍ਹ ਕੇ ਦਿਗਵਿਜੇ ਚੌਟਾਲਾ ਦੇ ਵੱਲੋਂ ਪੱਟ 'ਤੇ ਥਾਪੀ ਮਾਰੀ ਗਈ ਸੀ, ਤਾਂ ਸਿੱਧੂ ਮੂਸੇਵਾਲਾ ਦਾ ਬੁੱਤ ਲਗਾ ਕੇ ਦਿਗਵਿਜੇ ਚੌਟਾਲਾ ਦੇ ਵੱਲੋਂ ਜਿਹੜਾ ਕਿ ਚੋਣਾਂ ਤੋਂ ਪਹਿਲਾਂ ਵੱਡਾ ਦਾਅ ਖੇਡਿਆ ਗਿਆ। ਤਾਂ ਤੁਸੀਂ ਕਿਵੇਂ ਦੇਖਦੇ ਹੋ ਇਸ ਤਰੀਕੇ ਦੇ ਨਾਲ ਸਿੱਧੂ ਦਾ ਬੁੱਤ ਲਗਾਉਣਾ ਚਾਹੀਦਾ ਹੈ, ਇਹ ਸਹੀ ਹੈ ਜਾਂ ਗਲਤ? ਕਮੈਂਟ ਕਰਕੇ ਜ਼ਰੂਰ ਦੱਸਣਾ। ਤਾਂ ਵੱਡੀ ਗੱਲ ਇਹ ਹੈ ਕਿ ਇਸ ਮੌਕੇ ਨਾ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਦਿਖੇ ਬਲਕੌਰ ਸਿੰਘ, ਅਤੇ ਨਾ ਹੀ ਉਹਨਾਂ ਦੇ ਮਾਤਾ ਚਰਨ ਕੌਰ ਨਜ਼ਰ ਆਏ।